ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਅਜਨਾਲਾ ਸ਼ਹਿਰ ਹੀ ਜਿਹੜਾ ਅਜਨਾਲਾ ਵਾ ਅਤੇ ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਪਹੁੰਚੇ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਰਸੀਆਂ ਗਾਵਾਂ ਜਿਹੜੀਆਂ ਦਿਖਾਉਣੀਆਂ। ਇੱਕ ਆ ਤਾਜ਼ੀ ਸੂਈ ਤੁਹਾਨੂੰ ਦਿਖਾਵਾਂਗੇ ਹੌਲੇ 'ਚ ਭਾਅ 'ਚ, ਇੱਕ ਤੁਹਾਨੂੰ ਆ ਗੱਬਨ ਦਿਖਾਉਣੀ ਆ, ਇੱਕ ਤੁਹਾਨੂੰ ਤੋਕੜ ਦਿਖਾਉਣੀ ਅਤੇ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਹੌਲੇ 'ਚ ਭਾਅ 'ਚ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ? ਠੀਕ ਠਾਕ ਜੀ? ਠੀਕ ਠਾਕ ਵਧੀਆ ਭਾਅ ਜੀ, ਲੋ ਵਧੀਆ ਠੀਕ ਠਾਕ ਚਾਹੀਦਾ ਯਾਰ, ਕਿ ਦੋ ਤਿੰਨ ਦਿਨ ਪਾਤੇ ਜੀ ਵਿੱਚ? ਦੋ ਤਿੰਨ ਦਿਨ ਪੈ ਗਏ, ਉਹਦਾ ਵੀ ਮਾਲ ਦੇਖਦਾ ਰਿਹਾ ਹਲੇ। ਅੱਛਾ, ਹਾਂ ਕੱਲ੍ਹ ਬਣਾਉਣੀ ਸੀ, ਕੱਲ੍ਹ ਫਿਰ ਅਸੀਂ ਵੀ ਉੱਧਰ ਚੱਲ ਗਏ। ਠੀਕ ਹੈ, ਅਤੇ ਨਾਮ ਦੱਸ ਦੇ ਕਰੀ ਆਪਣਾ। ਨਾਮ ਸੋਨੂੰ ਸੀ, ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲ ਦਿਓ। 9165। ਠੀਕ ਹੈ, ਅੱਜ ਕਹਿੰਦੇ ਤੋਹਫਾ ਦੇਣਾ ਇੱਕ। ਤੋਹਫਾ ਜਿਹੜਾ ਅੱਜ ਬਾਬੇ ਏਅਰਪੋਰਟ ਦਾ ਮੇਲਾ ਮਹਾਰਾਜ ਸੱਚੇ ਪਾਤਸ਼ਾਹ ਦਾ। ਅੱਜ ਮੇਲੇ ਜਾਣਾ ਫਿਰ ਮੇਲੇ 'ਤੇ? ਮੇਲੇ ਵਿਹਨੇ ਹਿਸਾਬ ਤੋਂ ਲਾਉਣੇ ਡੰਗਰ ਨੂੰ, ਵੀਡੀਓ ਪਾਣੀ ਨਹੀਂ ਕਰਨਾ ਜਾਵਾਂਗੇ। ਮੇਲਾ ਵੱਡਾ ਕਾਫੀ ਵਧੀਆ ਨਹੀਂ ਜੱਜਦੇ, ਅਸੀਂ ਤਾਂ ਹੁਣੇ ਕਾਫੀ ਮੁਸ਼ਕਿਲ ਨਾਲ ਲੰਘ ਕੇ ਆਏ ਸਵੇਰ ਦਾ ਟਾਈਮ। ਮਹਾਰਾਜ ਸੱਚੇ ਪਾਤਸ਼ਾਹ ਦਾ। ਹਾਂਜੀ, ਹਲੇ ਕਿ ਸਵੇਰ ਦਾ 7 ਵਜੇ ਦਾ ਟਾਈਮ ਸੀ ਤੇ ਪਰ ਫਿਰ ਵੀ ਸਾਨੂੰ ਕਾਫੀ ਟਾਈਮ ਲੱਗ ਗਿਆ ਉੱਥੋਂ ਲੰਘਣ ਦੇ, ਤੇ ਦੁਪਹਿਰ ਜੇ ਸ਼ਾਮਾਂ ਨੂੰ ਤੇ ਉੱਥੇ ਬਿਲਕੁਲ ਹੀ ਰਸਤਾ ਬੰਦ ਹੋ ਜਾਣਾ ਹੁੰਦਾ। ਕਾਫੀ ਵੱਡਾ ਮੇਲਾ ਹੁੰਦਾ, ਬਹੁਤ ਜ਼ਿਆਦਾ ਸੰਗਤ ਨਾਲੇ ਤੱਕ ਛਪੀਲਾ ਲਾਈਆਂ ਮੇਲੋ ਏਅਰਪੋਰਟ ਤੋਂ ਤੁਰ ਕੇ ਨਾਲੇ ਤੱਕ ਲੱਗੀਆਂ। ਹਾਂ, ਕਾਫੀ ਸਾਰੀ ਸੜਕ ਹੀ ਭਰੀ ਹੈ ਨਾ ਅਜਨਾਲੇ ਵਾਲੀ। ਚਲੋ ਮਹਾਰਾਜ ਸੱਚੇ ਪਾਤਸ਼ਾਹ ਦਾ ਵਧੀਆ ਵਧੀਆ। ਹਾਂਜੀ ਹਾਂਜੀ ਹਾਂਜੀ, ਤਾਂਹੀਓ ਅੱਜ ਫਿਰ ਗਿਫਟ ਕੀ ਗਿਫਟ ਦੇ ਦੇਣਾ ਅੱਜ? ਗਿਫਟ ਮੱਝ ਆਪਣੇ ਕੋਲ ਟੁੱਕੀ ਤਿਆਰ, 10 ਦਿਨ ਖੜਦੀ ਆ। ਅੱਛਾ, ਛੋਟੇ ਭਾਅ ਜੀ ਦੇ ਕਿੰਨੇ ਕੁ? ਛੋਟੇ ਭਾਅ ਦਾ ਤੋਕੜਾ, ਜੋ ਕਰੋਗੇ ਉਹਦਾ ਤੋਕੜਾ ਤਾਂ ਵੀ ਘੱਟ ਦੇ ਦਾਂਗੇ। ਅੱਛਾ, ਤੋਕੜਾ ਤਾਂ ਵੀ ਘੱਟ। ਹਾਂਜੀ, ਸੱਜਰ ਮੱਝ, ਸੱਜਰ ਮੱਝ ਇਹਦੇ ਤਿਆਰ। ਅੱਛਾ ਤਿਆਰ, ਚਲੋ ਸੱਜਰ ਹੀ ਹੋ ਗਈ। ਤੇ ਫਿਰ ਸ਼ੁਰੂਆਤ ਆ ਗੱਬਨ ਜਰਸੀ ਤਾਂ ਕਰ ਲਈ ਫਿਰ ਆਪਾਂ। ਹਾਂ ਦੇਖ ਸਕਦੇ ਜੀ, ਬਾਕੀ ਬੇਲ ਇਹਦੀ ਚੰਗੀ ਆ। ਕਿੰਨਾ ਕੁ ਟਾਈਮ ਵੀਰ ਜੀ ਖੜਦੀ ਹੈ ਜੀ? ਨਵਾਂ ਮਹੀਨਾ ਆ 30 ਤਰੀਕ ਦਾ ਲੱਗ ਗਿਆ ਜੀ। ਅੱਛਾ, ਨਵਾਂ ਮਹੀਨਾ 30 ਦਾ ਲੱਗ ਗਿਆ ਜੀ। ਨਵਾਂ ਮਹੀਨਾ 30 ਤਰੀਕ ਦਾ ਲੱਗ ਗਿਆ ਵਾ, ਤਰੀਕ ਲਿਖੀ ਜਨਾ ਘਰ ਵਾਲੇ ਲਈ 30 ਹੁੰਦੀ। ਮਹੀਨਾ ਲੈ ਜਾਊਗੀ ਹਲੇ? ਕੀ ਮਹੀਨਾ ਲੈ ਜਾਊ? ਮਹੀਨੇ ਤੋਂ 2-4 ਦਿਨ ਵੱਧ ਲੈ ਜਾਊ, ਚੰਗਾ ਸੇਵਾ ਸੁਭਾ ਜਾਊਗੀ ਮੰਨ ਲਓ। ਅੱਛਾ, ਵੀ ਜਾਊਗੀ ਚੱਲ ਕਿਉਂਕਿ ਬੜੀ ਆ। ਤੇ ਦੁੱਧ ਕਿੰਨਾ ਚਵਾ ਦੂਗੀ? ਦੁੱਧ ਘਰ ਵਾਲੇ ਜਿਹੜਾ ਵੀਰ ਜੀ ਆਪਾਂ ਹੁਣ ਕਿਹੜੀ ਚੋਈ ਆ? ਹਾਂਜੀ, ਘਰ ਵਾਲੇ ਜਾਂਦੇ 15-16 ਸਾਲ ਕੁਝ ਚੁੰਦੇ ਰਹੇ ਆ। ਅੱਛਾ, ਬਾਕੀ ਵੱਡੀ ਆ ਜਰਸੀ ਹੈ ਨਾ? ਹਾਂ, 16-17 ਸਾਲ ਕੁਝ ਚੁੰਦੇ ਰਹੇ। ਹਾਂਜੀ ਹਾਂਜੀ, ਬਾਕੀ ਥਾਂ ਥੋੜਾ ਮੈਂ ਪੁੱਛਿਆ ਉੱਠੀ ਜਾਂਦੇ ਭਾਈ ਥਾਣਾ ਆ, ਕੋਈ ਬਾਤ ਕਰ ਨਹੀਂ। ਖੋਲੋ ਹਾਂ ਫਿਰ ਤੋਰਦੀ ਆ ਕਰੀ ਹੁਣ ਸੇਵਾ ਜੀ ਭਾਜੀ ਵਧੀਆ ਵਾ, ਮੁੱਲ ਇਹਦਾ ਜਾਇਜ਼ ਆ। ਅੱਛਾ, ਜਿੱਦਾਂ ਸੇਵਾ ਗਈ ਗਾਂ ਸਾਡੀ ਗਈ ਗਾਂ 40-45 ਹਜ਼ਾਰ ਦੀ ਆ, ਤਾਂ ਮੁੱਲ ਇਹਦਾ ਜਾਇਜ਼ ਕਰਨਾ। ਠੀਕ ਆ, ਦੇਖ ਸਕਦੇ ਹੋ ਬਾਅਦ ਚੱਲ ਵੇਖੋ ਮੁੱਲ ਦਾ। ਹਾਂ ਦੇਖ ਸਕਦੇ, ਹਵਾਨਾ ਜਿਹੜਾ ਕਾਫੀ ਖੁੱਲ੍ਹਾ ਤਿਆਰ ਕਰਦਾ। ਹਾਂ ਦੇਖੋ, ਹਵਾਨੇ ਦੇ ਵਿੱਚ ਢਾਂ ਬੜੀਆਂ ਬਹੁਤ ਜਾਈਆਂ, ਪੂਰਾ ਸਾਰਾ ਹਵਾਨਾ ਹੀ ਭਰਨਾ ਦੇਖੋ। ਠੀਕ ਹੈ, ਕਾਫੀ ਢਿੱਲਾ ਆ ਹਵਾਨੇ 'ਚ ਜਿਹੜੀਆਂ ਲਿਆ ਜਾ ਕਮਾ ਕੇ ਵਿੱਚ ਚਿਹਰਾ ਦਿਖਾ ਦਈਏ ਤਾਂ ਇੱਕ ਵਾਰੀ ਦੰਦ ਨੂੰ ਵੇਖੋ, ਕਈ ਬੰਦੇ ਦੇ ਸਾਹਮਣਾ ਆਵੇ। ਠੀਕ ਹੈ ਜੀ, ਲੈ ਜਾ ਲੈ ਜਾ। ਬਾਕੀ ਜਿਹੜਾ ਕਬੀਰ ਮਹੀਨਾ ਸਾਂਭ ਲੂਗਾ ਭਾਈ, ਸਾਂਭ ਚੋਈ ਜੋ ਵਧੀਆ। ਤੇ ਬਾਕੀ ਗਰਮੀਆਂ ਵੀ ਘਟਾ ਦੋਗੇ ਤੇ ਸਿਆਲ ਵੀ ਘਟਾ ਦੋਗੇ, ਤੇ ਇਹਦਾ ਫਿਰ ਕੀ ਮੁੱਲ ਜੀ? ਜੀ ਭਾਈ, ਆ ਤਾਂ ਦੇ ਆ ਗਈ ਥੱਲੇ ਚੰਗੀ ਬਣ ਗਈ, ਡੰਗਰ ਤੇ ਤੁਹਾਨੂੰ ਪਤਾ ਭਾਵੇਂ 2 ਲੱਖ ਦਾ ਜਾ ਰਹੀ ਹੈ ਨਾ। ਹਾਂਜੀ ਹਾਂਜੀ, ਜੋ ਥੱਲੇ ਬਣਿਆ ਫੇਰ ਹੀ ਸੋਹਣਾ ਲੱਗਦਾ ਵਾ। ਹਾਂਜੀ ਹਾਂਜੀ, ਉਹਦਾ ਤਾਂ ਵੇਖਣ ਦੇ ਥੱਲੇ ਲੱਥੀ ਜੀ, ਫਿਰ ਭੈੜਾ ਜਿਹਾ ਲੱਗਦਾ ਵੇਖ। ਹਾਂਜੀ ਹਾਂਜੀ, ਤੇ ਕੀ ਫਿਰ ਮੁੱਲ ਰੱਖਣਾ ਜੀ? ਤਾਂ ਮੁੱਲ ਤਾਂ ਭਾਈ ਤਿਆਰ ਹੋ ਗਈ, ਚਲੋ 40-45 ਹਜ਼ਾਰ ਦੀ ਵਛੀ ਆ। ਹਾਂਜੀ, ਦੂਜਾ ਸੁਲਾ ਸੁਣਾ। ਠੀਕ ਹੈ, ਹੁਣ ਆਪਾਂ ਦੇ ਦਾਂਗੇ 24 ਹਜ਼ਾਰ ਦੀ। 24 ਹਜ਼ਾਰ ਦੀ ਦੇ ਦੋਗੇ? ਹਾਂ, ਕਿਸੇ ਸਾਹਮਣੇ ਹੀ ਚਲੋ ਅਗਲੇ ਨੇ ਕੋਈ 2-4 ਹਜ਼ਾਰ ਪਾਉਣਾ ਵੀ ਰਹਿ ਨੂੰ। ਅੱਛਾ, 23 ਦੇ ਦਾਂਗੇ ਭਾਈ, 23 ਹਜ਼ਾਰ ਦੀ ਦੇ ਦੇਣੀ ਹੈ। 23 ਦੇ ਦਾਂਗੇ। ਠੀਕ ਹੈ ਜੀ, ਅੱਜ ਗਿਫਟ ਹੀ ਦੇਣੇ ਕਿ ਸਾਰੇ? ਅੱਜ ਸਾਰੇ ਗਿਫਟ ਹੀ ਆ ਗਏ। ਠੀਕ ਹੈ, ਇੱਕ ਆ ਸੱਜੇ ਜਿਹੜਾ ਤੇਜ਼ੀ ਖੜ ਕੇ ਸਾਹ ਵੀ ਲਊਗਾ, 2 ਹਜ਼ਾਰ ਖਾ ਵੀ ਜੋ 3 ਹਜ਼ਾਰ। ਹਾਂਜੀ ਹਾਂਜੀ, ਉਹਨੂੰ ਫਾਇਦਾ ਗਰਮੀਆਂ ਵੀ ਦੋਦੇ ਤੁਹਾਨੂੰ ਸਾਰਾ ਸਿਆਲ ਹੀ ਦੋ, ਵੇਖੋ ਠੰਡੀ ਤੇਰੀ ਜਿੱਦਾਂ ਮਰਜ਼ੀ ਸਭ ਨੇ ਭਰਨੀਆਂ ਲੈ ਲੈਣੀਆਂ ਸਭ। ਹਾਂਜੀ ਹਾਂਜੀ, ਠੀਕ ਹੈ। ਤੇ ਆਹ ਜਿਹੜੀ ਹੁਣ ਜਰਸੀ ਇੱਕ ਸੂਈ ਤੁਹਾਨੂੰ ਦਿਖਾਉਣੀ ਆ, ਬੱਚਾ ਕੀ ਵੇਚੀ ਆ? ਕੀ ਜੇ ਇਹਦੇ ਮਗਰ ਬੱਚਾ? ਬੱਚਾ ਜੀ। ਅੱਛਾ, ਇਹਦੇ ਮਗਰ ਬੱਚਾ, ਆਹ ਬੱਚਾ ਜੀ ਜਿਹੜਾ ਇਹਦਾ ਖੁੱਲ੍ਹਾ ਛੱਡਿਆ ਜੀ ਇਹਨੂੰ। ਖੋਲੋ ਹਾਂ ਫਿਰ ਤੋਰ ਦੀਏ ਨਵੀਂ। ਅੱਛਾ, ਮੂੰਹ 4 ਦਿਨ ਦੇ। ਦੁੱਧ 8 ਕਿਲੋ ਹੋਊਗਾ। ਅੱਛਾ, 7-8 ਲੀਟਰ ਦੁੱਧ ਜਿਹੜਾ ਹੈਗਾ ਹੈ। ਸੁਭਾ ਜਿਹੜਾ ਦੰਦ ਚੈੱਕ ਕਰਾਈ ਦੋ ਇਹਦੇ। ਹਾਂ ਦੇਖ ਸਕਦੇ, ਪਿਓਰ 4 ਦੰਦ ਆ ਮੂੰਹ ਅਜੇ
ਸਾਡਾ ਵਾਲੇ ਦੰਦ ਜਿਹੜੇ ਖਲੋਤੇ ਆ ਪੰਨੇ ਵੀ ਨਹੀਂ ਆ ਦੋ ਮਹੀਨੇ ਨਿੱਕੇ ਨਿੱਕੇ ਦੰਦ ਜਿਹੜੇ ਖਲੋਤੇ ਆ ਲੈ ਜਾ ਵੀਰ ਜੀ ਦੋ ਮਹੀਨੇ ਦਾ ਸਾਨੂੰ ਵੇਖੋ ਕਿਤੇ ਵੀਰ ਜੀ ਤੇ ਇਹਦਾ ਕੀ ਮੁੱਲ ਆ ਵੀਰ ਜੀ ਫਿਰ ਇਹ ਜਿਹੜਾ ਬਾਈ 22000 ਦੀ अच्छा ये भी 22000 दी दे दोगे हो जाऊ मान तनो चोर ओ तेज दी क्या है अच्छा ये 22 दे देंगे अच्छा 21 दे देंगे भाई भी 21 दी दे दोगे सील है चवापसा बढ़िया वा ते जे को दोवें जर्सियां ले जाऊगा ते मान तन और कर दोगे फिर 25 दे देंगे फिर 25 दे देंगे ये कहो जे मान तन होया भी फिर जिदा हो कर लांगे भाई मौके दे ठीक है कबो दा इकट्ठियां कोई वीर भरा खड़दा नहीं ता केले चलो मन मनु फिर बाद दी बाहर सही ठीक है जी हां ये तो कट जे ये तो कट जे किन्ना ही दूध दे दे को उधर को है भाई 6 किलो अच्छा 5 किलो गड्डी दा बगदा क्यों ਜਿਹੜਾ ਮੈਂ ਫੋਨ ਫਾਨ ਕਰਦਾ ਉਹ ਨਹੀਂ ਚੰਗੇ ਲੱਗਦੇ ਆਪਾਂ ਨੂੰ ਅੱਛਾ 5 ਕਿਲੋ ਲੀਟਰ ਦਾ ਦੁੱਧ ਵੇਖੋ ਠੀਕ ਹੈ 12 ਮਹੀਨੇ ਤੋਂ ਵੱਧ ਟਾਈਮ ਬਣੀ ਹੋ ਗਿਆ ਜੀ ਅੱਛਾ ਜੇ ਕੋਈ 40 ਦਿਨ ਲੱਗ ਜਾ ਕੇ ਹੋ ਗਈ ਹੈ ਮਤਲਬ ਠੀਕ ਹੈ ਹਾਂ ਤੇ ਥਾਣੇ ਦੇ ਵੀ ਦਿਖਾ ਦਈਏ ਇੱਕ ਵਾਰੀ ਸੀਲ ਵੀ ਬੜੀ ਜੇ ਨਹੀਂ ਕੋਈ ਉਦਾਂ ਦੀ ਆ ਵਾ ਠੰਡੀ ਧੀਰੀ ਜੇ ਵੀ ਲੱਤ ਨੂੰ ਬੰਗੇ ਤੋਂ ਬਿਨਾਂ ਹੀ ਵੀ ਤੇ ਇਹ ਕਿੰਨੇ ਦੇ ਦੇਣੇ ਫਿਰ ਇਹ ਜਿਹੜਾ 14000 ਦੀ 14000 ਦੀ ਨਾ ਦੋ ਕਰੋ ਮਾਨਤਾਂ ਵਿੱਚ ਕੁਝ 10 ਦਾ ਤੁਸੀਂ ਮੰਨ ਕਰ ਦੋ ਜੋ ਕਰ ਦੋ ਜਾ ਜਾ ਫਿਰ ਤੁਸੀਂ ਆਪੇ ਕਰ ਦੋ ਕਿੰਨੇ ਦੇ ਦੋਗੇ ਕਿੰਨੇ ਦੀ ਕਰ ਦੋਗੇ ਭਾਈ ਤੁਸੀਂ ਅਜ ਬਾਪੀ ਏਅਰਪੋਰਟ ਦਾ ਮੇਲਾ ਅੱਜ ਅੱਜ ਮੇਲਾ ਵੀ ਦੇ ਨਹੀਂ ਕਹਿੰਦੇ ਕਿ ਅੱਜ ਮਾਨਤਾਂ ਖੁੱਲੇ ਕਰਨੇ ਆ ਹਾਂ ਕਰ ਦੋਗੇ 2000 12 ਦੀ ਹਾਂਜੀ ਧੱਕਾ ਹੋ ਜਾਣਾ ਵੇ ਲੋ ਧੱਕਾ ਹੋ ਜਾਣਾ ਹੋ ਧੱਕਾ ਹੀ ਜਾਣਾ ਜੁਦਾ ਅੱਛਾ ਧੱਕਾ ਹੋ ਜਾਣਾ ਚਲੋ ਤੇ ਤੁਸੀਂ ਕਹਿਤਾ ਨਾ ਬਾਬੇ ਏਅਰਪੋਰਟ ਦਾ ਮੇਲਾ ਵਾ ਅੱਛਾ ਬਾਬੇ ਨੇ ਤਾਂ ਪਰ ਬਾਬੇ ਨੂੰ ਪਤਾ ਵਾ ਹੁਣ ਧੱਕਾ ਹੀ ਆ ਅੱਛਾ ਇਹ ਗੱਲ ਦਾ ਦੇ ਠੀਕ ਹੈ ਆਹੋ ਪਰ ਅੱਛੀ ਭਾਈ ਚੰਗੀ ਮੱਛੀ 50000 ਦੀ ਮੱਛੀ ਜੇ ਆ ਦੇਖ ਸਕਦੇ ਜੇ ਮੰਨ ਲਓ ਚੈੱਕ ਪਾਸ ਹੋ ਜੇ ਨਾ ਕਿਤੇ ਹਾਂਜੀ ਹਾਂਜੀ ਕਰਕੇ ਪਰ ਮੈਂ 25000 ਦੀ ਵੇਚਣੀ ਹੈ ਹਾਂਜੀ 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 ਸਿਰਫ ਜਗ੍ਹਾ ਥੋੜੀ ਕਰਕੇ ਠੀਕ ਹੈ ਜੀ ਬਾਕੀ ਹੋਰ ਥੋੜੇ ਦਿਨਾਂ ਚੈੱਕ ਹੋ ਹੀ ਜਾਣੀ ਆ ਭਾਜੀ ਚੈੱਕ ਹੋ ਜਣੀ ਆ 35-40 ਦਿਨ ਦੇ ਲੱਗ ਜਾਗੇ ਹੋਗੀ ਗੱਲ ਤੈਨੂੰ ਪਤਾ 2-4 ਦਿਨ ਤੱਕ ਅਗਲੇ ਘਰ ਵਾਲੇ ਵੀ ਕੋਈ ਵਧਾ ਘਟਾ ਹੋ ਜਾਂਦਾ ਗਿਆ ਹਾਂਜੀ 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 ਬਾਕੀ ਚਾਰੂ ਆਉਣ ਵੇਲੇ ਪਾਣੀ ਪੀਣ ਦੀ ਆ ਕੋਈ ਡਾਊਨ ਨਹੀਂ ਕੋਈ ਬਿਮਾਰ ਨਹੀਂ ਕਈ ਵਾਰ ਮੁੜ ਕੇ ਵੀਰ ਭਰਾ ਕਹਿੰਦੇ ਆ ਉਦਾਂ ਇਦਾਂ ਆ ਠੀਕ ਹੈ ਜੀ ਬਾਕੀ ਠੰਡੀ ਦੇ ਰਹੀ ਆ ਤੇ ਮੱਝ ਫਿਰ ਵਿਖਾਈਏ ਫਿਰ ਮੱਝ ਚਾ ਚਾਈਏ ਕਿਹੜੀ ਮੱਝ ਆ ਜਿਹੜੀ ਦੇ ਦੇਣੀ ਅੱਜ ਸੱਜਰ ਮੱਝ ਆ ਜਿਹੜੀ ਮੱਝ ਵਿਦਿਆ ਨਹੀਂ ਦੱਸਦੇ ਜਿਆਦਾ ਜਿਹੜੀ ਅੰਦਰ ਹੀ ਵੱਜੀ ਰਹੀ ਹੈ ਲੱਗਦਾ ਤਾਂ ਕਰਕੇ ਜਿਹੜਾ ਇਹਦਾ ਮਾਸ ਥੋੜਾ ਕਾਲਾ ਨਹੀਂ ਆ ਬਾਕੀ ਅੱਜ ਤੋਂ 10 ਤਰੀਕ ਦੇ ਲੱਗ ਜਾਗੇ ਭਾਜੀ 12 ਦੇ ਸੁੱਕੀਏ ਅੱਛਾ ਜੀ ਆ ਜੀ ਮਤਲਬ 2 ਤਰੀਕ ਹੋਈ ਨਾ ਹਾਂਜੀ 10 ਦੇ ਲਾਉਂਦੇ ਭਾਜੀ ਲੱਗ ਜੇ ਜਿੱਦਣ ਦੋ ਚੋਂਦੇ ਨੇ ਚੱਡਾ ਪੂਰਾ ਭਰ ਲੈਣਾ ਜੀ ਠੀਕ ਹੈ ਜੀ ਦੋ ਚੋਂ ਦੇ ਵਿੱਚ ਥੱਲੇ ਪੂਰੀ ਕਰਦੇ ਆ ਬਾਕੀ ਹਵਾਨਾ ਤਾਂ ਇਹ ਭਰਨਾ ਥਾਣਾ ਕੋਈ ਬਾਹਰ ਘਾੜਾ ਹੋਵੇ ਕੋਈ ਫਾਲਟ ਹੋਵੇ ਥੋੜਾ ਜਿਹਾ ਜੀ ਕੋਈ ਪਿੱਛਾ ਇੱਕ ਵਾਰੀ ਵੀ ਜੇ ਉਧਰ ਨੂੰ ਕਰਿਓ ਥੋੜੀ ਜੀ ਥਾਣਾ ਪਿਛਲੇ ਦਿਖਾ ਦੀ ਚੰਗੀ ਤਰ੍ਹਾਂ ਆ ਦੇ ਸਾਦੇ ਅਗਲੇ ਪਿਛਲੇ ਥਾਣ ਚੰਗੀ ਕੋਈ ਭਾਜੀ ਪਿੱਛਾ ਮਾਰੇ ਅੱਛਾ ਜੀ ਆਈਏ ਕੋਈ ਪਿੱਛਾ ਮਾਰੇ ਥਾਂ ਦੀ ਬਾਹਰ ਘਾੜੇ ਹੋਏ ਜੁਮੇ ਆ ਰਿਹਾ ਆਪਾਂ ਠੀਕ ਹੈ ਜੀ ਪਿੱਛੇ ਤੱਕ ਵੀ ਮਾਰੇ ਹੋਏ ਜੁਮੇ ਆ ਰਿਹਾ ਆਪਾਂ ਠੀਕ ਹੈ ਸਾਡੇ ਉਹ ਰਾਤ ਦੀ ਆਈਏ ਬੱਦੀ ਆ ਕੋਈ ਆ ਜਿੰਦਰਾ ਬਾਗੇ ਕਰੀ ਦਾ ਕੋਈ ਤੇ ਦੁੱਧ ਕਿੰਨਾ ਚਵਾ ਦੋਗੇ ਦੁੱਧ ਭਾਈ ਜਿੱਦਾਂ ਸਰੀਰ ਦੇ ਹਿਸਾਬ ਨਾਲ ਮੈਂ ਕਹੀਏ 12 13 ਕਿਲੋ 8 9 ਕਿਲੋ ਵਧੀਆ 8 ਕਿਲੋ ਕੱਢੀ ਜਾਊਗੀ ਠੀਕ ਹੈ ਜੀ ਐਵੇਂ ਜਾਦੀਆਂ ਤਾਂ ਬਾਅਦ ਝੂਠ ਦਾ ਝੂਠ ਹੀ ਲੈ ਜਾਂਦਾ ਹਾਂਜੀ ਹਾਂਜੀ ਤੋਰਾ ਫਿਰ ਇੱਕ ਕਰੀ ਨਾ ਇਹਨਾਂ ਦੇ ਹਰ ਇੱਕ ਨੂੰ ਵੀਰ ਭਰਾ ਨੂੰ ਪਤਾ ਹੀ ਕਰੋ ਇਹਨਾਂ ਦੇ ਵਧੀਆ ਦੇ ਹੀ ਜਾਣਾ ਜੀ ਹਾਂਜੀ ਹਾਂਜੀ ਇਹ ਦੀ ਵਾਰ ਅੱਛਾ ਜੀ ਆ ਵੱਡੀ ਜੀ ਹਾਂ ਨਾਥੇ ਆ ਜਿਹੜੇ ਇਹਨੂੰ ਪਾਈ ਸੀ ਸਮਝ ਵਾਲੀ ਮਹੀਨ ਮਹੀਨ ਕੋਈ ਫਾਲਟ ਹੈ ਸਮਝ ਵਾਲੀ ਹਾਂਜੀ ਹਾਂਜੀ ਚਮੜੀ ਚੰਬੀ ਵੇਖੋ ਕੁੜੀ ਜੀ ਪੱਲੀ ਜਰੋ ਆਹੋ ਹਾਂ ਦੇ ਸਕਦੇ ਠੀਕ ਹੈ ਜੀ ਬੰਦ ਫਿਰ ਮੁੱਲ ਦੱਸੀਏ ਦਾ ਆਪਾਂ ਨੂੰ ਮੁੱਲ ਤੇ ਭਾਈ ਜੁਦਾ ਤੁਸੀਂ ਹਰ ਤੀਜੇ ਜੀ ਕਹਿ ਦੋਗੇ ਜੇ ਆ ਜੀ ਕਰ ਦੋ ਸਾਨੂੰ ਕਹਿਣ ਦੀ ਲੋੜ ਹੀ ਨਾ ਪਵੇ 40000 ਦੀ ਮੈਂ ਤਾਂ ਦੇ ਦਿੱਤੀ ਯਾਰ 40000 ਦੀ ਦੇ ਦੇਣੀ ਜੇ ਤਾਜੀ ਸੋਨਾ ਵਾ ਹੇਕ ਮੰਨ ਲਓ ਕਿਹੜਾ ਸਿਆਲ ਆ ਗਿਆ ਵਾ ਹਾਂਜੀ ਹਾਂਜੀ ਨਾਲ ਬੜਾ ਸਿਆਲ ਠੰਡ ਆ ਗਈ ਆ ਜੀ ਹੁਣ ਗਰਮੀ ਦਾ ਤੁਹਾਨੂੰ ਪਤਾ ਸ਼ੁਰੂ ਹੋਈ ਆ ਹਾਂਜੀ ਹਾਂਜੀ 40 ਚੋਂ ਕਰੋ ਮਾਨਤਾਂ ਫਿਰ ਅੱਜ ਤੁਸੀਂ ਮਾਨ ਕਰਨਾ ਯਾਰ ਬਾਬੇ ਦੇ ਨਾਲ ਏਅਰਪੋਰਟ ਤੇ ਕਰ ਦੋ ਮਾਨ ਜੋ ਕਰਨਾ ਕਰ ਦੋਗੇ 2000 ਹੀ ਤਾਂ ਵੀ ਦੋ ਹੋਰ ਛੱਡ ਲਾਂਗੇ ਅੱਛਾ 36 ਦੇ ਦਾਂਗੇ 36000 ਦੀ ਦੇ ਦਿਓਗੇ ਅੱਜ ਚੰਗਾ ਤੇ ਹਾਲ ਹੋਇਆ ਪਰ ਵੈ ਫਾਲਟ ਕੋਈ ਥਣਾ ਜਵੇ ਪਿੱਛੇ ਦੀ ਆਪਣੀ ਜੁਮੇਵਾਰੀ ਫੁੱਲ ਠੀਕ ਹੈ ਬਾਬੇ ਏਅਰਪੋਰਟ ਦਾ ਮੇਲਾ ਉਹਨੇ ਦਿਨਾਂ ਨੂੰ ਅੱਛਾ ਆਪੇ ਏਅਰ ਕਸ ਕਰ ਦੋਗੇ ਦਿਓ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਓਕੇ ਥਣਾ ਦੀ ਹਰ ਇਹਨੇ 10 ਤੋਂ 12 ਦਿਨ ਖੜਨੇ ਆ 10 12 ਦਿਨ ਆ ਜਿੰਨੇ ਖੜਨੇ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।